ਘਿਓ ਦਾ ਆਟੇ ਦਾ ਕਿਹਦਾ ਸਭ ਤੋਂ ਵੱਧ ਟੇਸਟ ਆਉਂਦਾ? ਮੈਨੂੰ ਤਾਂ ਤੇਰੀ ਮੰਮੀ ਦੇ ਹੱਥਾਂ ਦੀ ਖੁਸ਼ਬੂ ਆਉਂਦੀ ਹੈ। ਆਏ ਬਾਬੇ ਸਮਾਨ ਬਣਿਆ ਨਹੀਂ। ਗੱਭਰੂ ਪਹਿਲਾਂ ਆ ਗਿਆ, ਗੱਭਰੂ ਰਾਜੀਵ ਸਾਰੇ ਉਹ ਸੁਪਰ ਹੀਰੋਆਂ 'ਚੋਂ ਕਿਹੜਾ ਸੁਪਰ ਹੀਰੋ ਬਣੇਗਾ ਜੇ ਬਣਨਾ ਦੇ? ਹਾਂ ਥਰ ਟੋਨੀ ਸਟਾਰਕ। ਰਵੀ ਤੂੰ ਹਲਕ ਪਤਾ ਰਾਜੀਵ ਕੀ ਬਣ ਰਿਹਾ? ਨੋ ਡੱਡੂ ਨੀ ਲੱਡੂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਬਣਾਵਾਂਗੇ ਜੀ ਸੂਜੀ ਦੇ ਲੱਡੂ, ਜਿਹਦੇ ਲਈ ਆਪਾਂ ਨੇ ਇੱਕ ਕੌਲੀ ਸੂਜੀ ਦੀ ਲਈ ਆ, ਇੱਕ ਕੌਲੀ ਖੰਡ ਦੀ ਲਈ ਆ, ਤੇ ਆਹ ਆਪਾਂ ਨੇ ਲਿਆ ਕੋਕੋਨਟ ਦਾ ਪਰਾਤਾ, ਹਾਂ ਨਾਰੀਅਲ ਦਾ ਪਰਾਤਾ, ਤੇ ਆਹ ਥੋੜੇ ਜਿਹੇ ਬਦਾਮ ਕ੍ਰੈਸ਼ ਕੀਤੇ ਹੋਏ ਨੇ, ਇਹ ਦਾਖਾ ਨੇ, ਇਹ 2 ਚਮਚ ਹੈਗੀ ਆ ਮਲਾਈ, ਥੋੜਾ ਜਿਹਾ ਦੁੱਧ ਜਿੰਨਾ ਕੁ ਉਹਦੇ ਵਿੱਚ ਪੈ ਸਕੂਗਾ ਆਪਾਂ ਪਾਵਾਂਗੇ, ਤੇ 3-4 ਚਮਚ ਆਪਾਂ ਨੇ ਘਿਓ ਦੇ ਲੈਣੇ ਨੇ ਸੂਜੀ ਨੂੰ ਭੁੰਨਣ ਦੇ ਲਈ। ਹੁਣ ਆਪਾਂ ਗੈਸ ਔਨ ਕਰਦੇ ਹਾਂ, ਕੜਾਹੀ ਆਪਾਂ ਨੇ ਉੱਪਰ ਰੱਖ ਲਈ, ਬਸ ਇਹਦੇ ਵਿੱਚ ਇੱਕ ਕੜਛੀ ਘਿਓ ਦੀ ਪਾਉਣੀ, ਸ਼ਰਨ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਮਲਾਈ 'ਚ ਘਿਓ ਹੁੰਦਾ। ਫਿਰ ਘਿਓ ਆਪਣਾ ਗਰਮ ਹੋ ਗਿਆ, ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਸੂਜੀ ਭੁੰਨਣੀ ਹੈ। ਸੂਜੀ ਨੂੰ ਟਾਈਮ ਲੱਗ ਜਾਂਦਾ ਭੁੰਨਣ 'ਤੇ, ਹਾਈ 'ਤੇ ਨਹੀਂ ਭੁੰਨੀ ਜਾਂਦੀ, ਜਦੋਂ ਆਪਾਂ ਗੈਸ ਤੇਜ਼ ਕਰਦੇ ਹਾਂ ਸੜ ਜਾਂਦੀ ਆ, ਲਾਲ ਲਾਲ ਹੋ ਜਾਂਦੀ, ਆਪਾਂ ਨੇ ਇਹਦਾ ਕਲਰ ਚਿੱਟਾ ਹੀ ਰੱਖਣਾ ਹੁੰਦਾ। ਕਿੰਨੇ ਕੁ ਮਿੰਟ ਲੱਗਣਗੇ ਭੁੰਨਣ ਨੂੰ? ਇਹਨੂੰ ਘੱਟ ਤੋਂ ਘੱਟ ਲੱਗੇ ਜਾਂਦੇ ਨੇ 8-10 ਮਿੰਟ ਦੇ ਵਿੱਚ ਵਿੱਚ, ਜਦੋਂ ਇਹ ਥੋੜ੍ਹਾ ਜਿਹਾ ਘਿਓ ਛੱਡ ਦੂਗੀ ਉਦੋਂ ਫਿਰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਭੁੱਜ ਗਈ। ਘਿਓ ਇਸ ਕਰਕੇ ਘੱਟ ਪਾਇਆ, ਹਾਂ ਘਿਓ ਇਸ ਕਰਕੇ ਘੱਟ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਨੇ ਮਲਾਈ ਪਾਉਣੀ ਆ, ਮਲਾਈ ਦੇ ਵਿੱਚ ਵੀ ਘਿਓ ਹੁੰਦਾ। ਮੰਮੀ ਤੁਹਾਡੇ ਏਰੀਏ 'ਚ ਚੁੰਨੀ ਕਿਵੇਂ ਲੱਗਿਆ? ਮੰਮੀ ਦੇ ਏਰੀਏ 'ਚ ਚੁੰਨੀ ਐ ਲੈਂਦੀਆਂ ਨੇ ਬੁੜੀਆਂ, ਜਾਂ ਤਾਂ ਐ ਜਾਂ ਫਿਰ ਉਹ ਐ ਰੱਖਦੀਆਂ ਨੇ। ਮੇਰੀ ਦਾਦੀ ਉਹ ਕੱਠੀ ਕਰਕੇ ਰੱਖ ਲੈਂਦੀਆਂ ਨਾ ਕੰਪੜੇ ਉੱਥੇ ਤਾਂ ਬਾਲਾ ਵਧੀਆ ਹੁੰਦਾ, ਇੰਨੇ ਨੇ ਸੋਹਣੀ ਪਰ ਚੁੰਨੀ ਉਹਵੇਂ ਲੈ ਕੇ ਜਾਣੀ ਪੈਣੀ ਆ ਫਿਰ ਉੱਥੇ ਕੈਨੇਡਾ, ਉਹ ਕਹਿਣਗੇ ਫੈਸ਼ਨ ਆ, ਉਹਨਾਂ ਕਹਿੰਦਾ ਜੀ ਕਰੋਨਾ ਕਰਕੇ ਲਿੱਤੀ ਆ। ਮੈਂ ਤਾਂ ਆਪਣੀ ਦਾਦੀ ਵਾਲਾ ਫੈਸ਼ਨ ਸਿਰ ਤੇ ਰੱਖ ਕੇ ਆ, ਜਮਾ ਨਹੀਂ ਹਿੱਲਦੀ ਬੀਬੀ ਦੀ ਚੁੰਨੀ, ਕੋਟ ਵਾਲੀ ਨਾਨੀ ਦੀ ਨਹੀਂ ਹਿੱਲਦੀ, ਡੈਡੀ ਵੀ ਪਾਣਾ ਹੀ ਰੱਖਦਾ ਕਦੇ ਕਦੇ। ਹੁਣ ਆਪਾਂ ਨੇ ਇਹਨੂੰ 2-3 ਮਿੰਟ ਤੱਕ ਭੁੰਨਣਾ ਕਿਉਂਕਿ ਨਾਰੀਅਲ ਭੁੱਜੇਗਾ, ਨਾਰੀਅਲ ਦੇ ਵਿੱਚ ਤੇਲ ਹੁੰਦਾ, ਉਹ ਥੋੜ੍ਹਾ ਜਿਹਾ ਤੇਲ ਛੱਡ ਦੂਗਾ ਆਪਣਾ। ਮੈਂ ਤਾਂ ਬੀਬੀ ਦੀ ਜਾਣਾ ਆਪਾਂ ਇਹਦੇ ਵਿੱਚ ਬਦਾਮ ਵੀ ਪਾ ਲੈਂਦੇ ਹਾਂ ਕਿਉਂਕਿ ਭੁੱਜ ਜਾਣਗੇ ਥੋੜ੍ਹੇ ਜਿਹੇ ਆਟੇ ਦੇ ਨਾਲ ਹੀ, ਕਿਉਂਕਿ ਆਪਾਂ ਨੇ ਪਹਿਲਾਂ ਭੁੰਨ ਕੇ ਨਹੀਂ ਰੱਖੇ ਹੋਏ। ਨਾਰੀਅਲ ਦੀ ਸਮੈਲ ਆਉਣ ਲੱਗੀ ਹੈ ਨਾ? ਹਾਂਜੀ ਨਾਰੀਅਲ ਤਾਂ ਬਾਹਲੀ ਘੈਂਟ ਚੀਜ਼ ਆ, ਜੇ ਤੁਸੀਂ ਕਿਸੇ ਆਈਲੈਂਡ 'ਤੇ ਫਸ ਜਾਓ ਅਤੇ ਉੱਥੇ ਇਕੱਲਾ ਨਾਰੀਅਲ ਹੋਵੇ, ਇਕੱਲੇ ਨਾਰੀਅਲ ਦੇ ਦਰਖਤ ਨਹੀਂ, ਤਾਂ ਤੁਸੀਂ ਬਚ ਸਕਦੇ ਹੋ। ਦੇਖੋ ਤੁਹਾਡੇ ਕੋਲ ਪਾਣੀ ਪੀਣ ਨੂੰ ਹਮੇਸ਼ਾ ਪਾਣੀ ਹੋਊਗਾ ਨਾਰੀਅਲ ਵਾਲਾ, ਖਾਣ ਨੂੰ ਨਾਰੀਅਲ ਹੋਊਗਾ ਹਨਾ, ਤੇ ਜਿਹੜੀ ਉਹਦੀ ਕਰੀਮ ਆ ਉਹਦੇ ਵਿੱਚੋਂ ਜਿਹੜੀ ਪਾਣੀ ਪੀਣ ਤੋਂ ਬਾਅਦ ਤੁਸੀਂ ਉਹ ਕਰੀਮ ਵੀ ਨਿਕਲਦੀ ਆ, ਉਹ ਮੂੰਹ ਤੇ ਲਾ ਕੇ ਲੱਤਾਂ ਤੇ ਲਾ ਕੇ ਤੁਸੀਂ ਧੁੱਪ ਤੋਂ ਬਚ ਸਕਦੇ ਹੋ। ਇੰਨਾ ਫਾਇਦਾ, ਇਹ ਤਾਂ ਬੜੀ ਘੈਂਟ ਚੀਜ਼ ਆ, ਇਹ ਤਾਂ ਰੱਬ ਦਾ ਫਲ ਆ। ਹੈਲੋ ਜੀ, ਆਪਣੀ ਸੂਜੀ ਬਿਲਕੁਲ ਭੁੱਜ ਗਈ, ਦੇਖੋ ਦਾਣਾ ਦਾਣਾ ਦਿਸਦਾ, ਇਕੱਲਾ ਇਕੱਲਾ ਜਿਹੜਾ ਨਾਰੀਅਲ ਪਾਇਆ ਸੀ ਉਹ ਵੀ ਭੁੱਜ ਗਿਆ ਵਿੱਚ। ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ, ਇਹ ਵੀ ਚੀਨੀ ਗ੍ਰਾਇੰਡ ਕੀਤੀ ਹੋਈ ਆ। ਹਾਂ ਇਹ ਗ੍ਰਾਇੰਡ ਕੀਤੀ ਹੋਈ ਆ, ਪਾ ਤੁਸੀਂ ਦੂਜੀ ਵੀ ਸਕਦੇ ਹੋ, ਉਹਨੂੰ ਥੋੜ੍ਹੀ ਥੋੜ੍ਹਾ ਜਿਹਾ ਜ਼ਿਆਦਾ ਭੁੰਨਣਾ ਪੈਂਦਾ, ਭੁੱਜ ਹੋ ਵੀ ਜਾਂਦੀ ਆ, ਦੇਖੋ ਪਾਣੀ ਜਿਹਾ ਛੱਡ ਜਾਂਦੀ ਆ ਜਿਹਦੇ ਭੁੱਜ ਜਾਂਦੀ ਆ।
ਆਪਾਂ ਇਹਦੇ ਵਿੱਚ ਡਾਖਾਂ ਪਾ ਦਈਏ ਕਿਉਂਕਿ ਥੋੜ੍ਹੀਆਂ ਫੁੱਲ ਜਾਣਗੀਆਂ ਕਰਨ ਵਾਸਤੇ। ਇਹਨੂੰ ਹਿਲਾਈ ਜਾਣਾ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਨੇ ਚੀਨੀ ਪਾਈ ਹੋਈ ਆ, ਫਿਰ ਇਹ ਥੱਲੇ ਲੱਗ ਜਾਂਦੀਆਂ ਨੇ, ਗੱਠਾਂ ਜਿਹੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਪਾਂ ਜਿਹੜੇ ਦੋ ਤਿੰਨ ਚਮਚ ਮਲਾਈ ਦੇ ਰੱਖੇ ਸੀ ਉਹ ਪਾ ਦੇਣੇ ਨੇ ਵਿੱਚ। ਗਿੱਲੀ ਹੋ ਗਈ ਨਾ ਮਲਾਈ 'ਚ ਵੀ ਘਿਓ ਹੁੰਦਾ ਪੂਰਾ। ਜੀ ਆਪਣੀ ਮਲਾਈ ਬਿਲਕੁਲ ਮਿਕਸ ਹੋ ਗਈ ਇਹਦੇ ਵਿੱਚ। ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਦੁੱਧ ਪਾਵਾਂਗੇ। ਥੋੜ੍ਹਾ ਦੁੱਧ ਹੋਰ ਪਾ ਲੈਣੇ ਕਿਉਂਕਿ ਇਹਨੇ ਸੁੱਕ ਜਾਣਾ ਸਾਰੇ। ਇਹਨੂੰ ਸਾਰੇ ਨੂੰ ਆਪਾਂ ਨੇ ਦੁੱਧ ਪਾ ਕੇ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਬਿਲਕੁਲ ਕੜਾਹੀ ਨਹੀਂ ਛੱਡ ਦਿੰਦਾ। ਪੱਠਾ ਹੋਣਾ ਸ਼ੁਰੂ ਹੋ ਗਿਆ, ਲਓ ਜੀ ਬਣ ਗਿਆ। ਆਪਾਂ ਗੈਸ ਕਰ ਦਈਏ ਬੰਦ, ਕੋਈ ਕੜਾਹੀ ਗਰਮ ਆ ਥੋੜ੍ਹੀ ਦੇਰ ਇਹਨੂੰ ਚਲਾਈਏ ਨਹੀਂ ਥੱਲੇ ਲੱਗ ਜਾਂਦਾ। ਇਹ ਲਾਲ ਪਤਾ ਚਰਨ ਕਿਉਂ ਹੋ ਗਿਆ? ਅੱਧਾ ਨਾਰੀਅਲ ਜਿਹੜਾ ਆਪਾਂ ਨੇ ਘਰੇ ਨਹੀਂ ਸੀ ਗ੍ਰਾਇੰਡ ਕਰਕੇ ਰੱਖਿਆ ਹੋਇਆ, ਇਹਦਾ ਛਿਲਕਾ ਸੀਗਾ ਉੱਪਰ, ਉਹਦੇ ਰੰਗ ਨਾਲ ਹੋ ਗਏ। ਹਾਂ ਮਿਕਸ ਕਰਕੇ ਪਾ ਦਿੱਤਾ ਸੀ ਮੈਂ, ਥੋੜ੍ਹਾ ਉਹ ਪਾਤਾ ਥੋੜ੍ਹਾ ਉਹ ਪਾਤਾ, ਕੋਈ ਗੱਲ ਨਹੀਂ ਫਿਰ ਬਣਾ ਲਾਂਗੇ, ਇਕੱਲੇ ਚਿੱਟੇ ਦੇ ਬਣਾ ਲਾਂਗੇ। ਤਿਆਰ ਆ, ਹੁਣ ਆਪਾਂ ਇਹਨੂੰ ਠੰਡਾ ਹੋਣ ਰੱਖ ਦਈਏ, ਫਿਰ ਆਪਾਂ ਇਹਦੀਆਂ ਪਿੰਨੀਆਂ ਫੱਟ ਕੇ ਦਿਖਾਵਾਂਗੇ। ਮੈਂ ਤਾਂ ਹੁਣੇ ਥੋੜ੍ਹਾ ਜਿਹਾ ਗਰਮ ਖਾ ਕੇ ਦੇਖੂਗਾ ਕੜਾਹੀ ਤੋਂ ਸਾਰੇ ਕਿੰਨਾ ਸੋਹਣਾ ਲੱਗਦਾ, ਜਮਾਂ ਦੂਜੇ ਖੋਏ ਵਰਗਾ ਬਣ ਗਿਆ। ਮਲਾਈ ਨਾਲ ਬਣਦਾ ਹੈ, ਮਲਾਈ ਹੁੰਦੀ ਹੁੰਦੀ ਰਹੀ ਉਹ ਖੋਆ, ਥੋੜਾ ਥੋੜਾ ਦੇਖਦਾ ਟੈਕਸਚਰ ਵੀ ਲੱਗ ਰਿਹਾ ਕੜਾਹ, ਮਤਲਬ ਹਾਂ ਪਰ ਟੇਸਟ ਅਲੱਗ ਹੋਊਗਾ ਕੜਾਹ ਨਾਲ ਸਾਰੇ ਜਮੇ। ਲਓ ਹੁਣ ਆਪਾਂ ਇਹਨੂੰ ਠੰਡਾ ਹੋਣਾ ਰੱਖ ਦਿੰਦੇ ਹਾਂ, ਫਿਰ ਬਾਅਦ 'ਚ ਇਹਦੀਆਂ ਪਿੰਨੀਆਂ ਵੱਟਾਂਗੇ ਆਪਾਂ। ਜੇ ਆਪਣਾ ਸੂਜੀ ਵਾਲਾ ਮਟੀਰੀਅਲ ਹੋ ਗਿਆ ਠੰਡਾ, ਪਾਟ ਦੀਆਂ ਪਿੰਨੀਆਂ, ਤੁਸੀਂ ਕਹਿਣਾ ਲਾਲ ਕਿਉਂ ਬਣੀਆਂ ਨੇ? ਕਿਉਂਕਿ ਅਸੀਂ ਇਹਦੇ ਵਿੱਚ ਘਰੇ ਨਾਰੀਅਲ ਗ੍ਰਾਇੰਡ ਕੀਤਾ ਹੋਇਆ ਪਾਤਾ, ਉਹਦਾ ਇਹਨੂੰ ਉੱਪਰ ਵਾਲੇ ਦੇ ਛਿਲਕੇ ਦਾ ਕਲਰ ਚੜ ਗਿਆ, ਵੈਸੇ ਬਣਦੀਆਂ ਨੇ ਬਿਲਕੁਲ ਚਿੱਟੀਆਂ। ਮੈਂ ਆਲਰੇਡੀ ਟੇਸਟ ਕਰ ਲਈ, ਮੈਨੂੰ ਤਾਂ ਬਹੁਤ ਜ਼ਿਆਦਾ ਸਵਾਦ ਲੱਗੀਆਂ। ਰਾਜਦੀਪ ਚੱਲ ਪਿੱਛੇ ਟੇਸਟ ਕਰਕੇ ਦੱਸ, ਹੁਣ ਤੁਹਾਨੂੰ ਰਾਜਦੀਪ ਟੇਸਟ ਕਰਕੇ ਦੱਸੂਗਾ। ਬਹੁਤ ਸਵਾਦ, ਕਾਹਦਾ ਟੇਸਟ ਆਉਂਦਾ? ਕੋਕੋ, ਅੱਛਾ ਕੋਕੋਨਟ ਦੀ ਪੰਜਾਬੀ ਕੀ ਆ, ਹਿੰਦੀ ਕੀ ਆ, ਖੋਪਾ ਕਿਹਨੂੰ ਕਹਿੰਦੇ ਆ? ਸੋ ਮੰਮੀ ਉਹਨੇ ਬਟਰ ਨੇ ਪਿੰਨੀਆਂ, ਆਪਾਂ ਮਨਰਾਜ ਬਾਹਰ ਕ੍ਰਿਕਟ ਖੇਡਦੇ ਹਾਂ ਉਹਨੂੰ ਟੇਸਟ ਕਰਾ ਕੇ ਆਉਂਦੇ ਹਾਂ, ਆਪਾਂ ਹੱਥ 'ਚ ਹੀ ਲੈ ਜਾਣੀ ਹੈ ਪਿੰਨੀ। ਹਾਂ ਨਵੀਂ ਵੀਰੇ, ਕਾਹਦਾ ਟੇਸਟ ਆਉਂਦਾ? ਕਿਉਂ ਬੋਲਿਆ, ਦੇਗ ਵਰਗੀ ਆ ਕਿ ਪਿੰਨੀਆਂ ਵਰਗੀ ਆ ਖੋਏ ਵਾਲੀਆਂ? ਜੇ ਇਹ ਪਿੰਨੀ ਖਾਂਦੇ ਹੋ ਤਾਂ ਦੇਖੋ ਫਿਰ ਉਦੋਂ ਬਾਅਦ ਪਹਿਲੀ ਬਾਲ ਕਿਵੇਂ ਫੇਸ ਕਰਦਾ ਬੰਦਾ। ਓਏ ਸ਼ਟ ਬੇਬੀ, ਗੱਭਰੂ ਲਿਖਿਆ ਹੋਇਆ ਮੁੰਡੇ ਦੀ ਸ਼ਰਟ 'ਤੇ ਆਊਟ। ਤਾਂ ਮੈਂ ਜਦੋਂ ਮਨਰਾਜ ਨੂੰ ਪਿੰਨੀ ਦੇਣ ਗਿਆ, ਘਰਦਿਆਂ ਨੇ ਆਲਰੇਡੀ ਟਰਾਈ ਕਰ ਲਈ ਪਿੰਨੀ, ਹੁਣ ਕਹਿੰਦੇ ਅਸੀਂ ਹੋਰ ਨਹੀਂ ਖਾਣੀ, ਕਿਵੇਂ ਦੀ ਲੱਗੀ ਤੁਹਾਨੂੰ? ਮੈਨੂੰ ਵੀ ਬੋਮੇ ਲੱਗੀ ਸ਼ਨ, ਤੈਨੂੰ ਕਿਵੇਂ? ਦੱਸਾਂ ਜੋ ਕਿੰਨੇ ਨੰਬਰ? 10 ਤੋਂ 12 ਕਿਵੇਂ ਅੰਮੀ, ਤੁਹਾਨੂੰ ਕਿਵੇਂ ਲੱਗੇ? ਮੈਨੂੰ ਬਹੁਤ ਵਧੀਆ ਲੱਗੀ, ਮੈਨੂੰ ਆਪਾਂ ਮਿਹਨਤ ਕੀਤੀ ਆ,
ਦੇਖੋ ਕਿੰਨੀਆਂ ਜ਼ਿਆਦਾ ਸੋਹਣੀਆਂ ਬਣੀਆਂ ਨੇ। ਓਏ ਹੋ ਹੋ ਵਾਹਿਗੁਰੂ ਵਾਹ, ਕੋਕੋਨਟ ਕਰਕੇ ਰੰਗ ਹੋ ਗਿਆ ਨਾ ਇਹਦਾ, ਨਹੀਂ ਤਾਂ ਜਮੇ ਛਿੱਟੀਆਂ ਬਣਦੀਆਂ। ਹਾਂ, ਡੈਡੀ ਆਉਣਗੇ ਰਾਤ ਨੂੰ ਫਿਰ ਉਹਨਾਂ ਤੋਂ ਆਪਾਂ। ਲਓ ਜੀ ਡੈਡੀ ਆ ਗਏ, ਮੂੰਗੀ ਤੋੜ ਕੇ ਪਿੰਨੀ ਟਰਾਈ ਕਰ ਰਹੇ ਨੇ। ਡੈਡੀ ਜੀ ਕਿਵੇਂ ਲੱਗੀ? ਬਹੁਤ ਸਵਾਦ ਲੱਗੀ, ਇਹ ਤਾਂ ਭੁੱਲੀ ਬਹੁਤ ਆ। ਹਾਂਜੀ, ਇੱਕ ਮਿੱਠੀ ਆ, ਬਹੁਤ ਟੇਸਟੀ ਬਣੀ। ਬਾਕੀ ਕੰਮ ਕਰਕੇ ਵੀ ਭੁੱਖ ਲੱਗੀ। ਮੈਂ ਮੂੰਗੀ ਤੋੜ ਕੇ ਆਇਆ, ਕੱਲ੍ਹ ਵੀ ਇੱਕ ਬਾਲਟੀ ਭਰੀ ਅੱਜ ਵੀ। ਕਿਹਦਾ ਵੱਧ ਟੇਸਟ ਆਉਂਦਾ ਡੈਡੀ ਤੁਹਾਨੂੰ, ਖੋਪੇ ਦਾ, ਘਿਓ ਦਾ, ਆਟੇ ਦਾ, ਕਿਹਦਾ ਸਭ ਤੋਂ ਵੱਧ ਟੇਸਟ ਆਉਂਦਾ? ਮੈਨੂੰ ਤਾਂ ਤੇਰੀ ਮੰਮੀ ਦੇ ਹੱਥਾਂ ਦੀ ਖੁਸ਼ਬੂ ਆਉਂਦੀ ਹੈ। ਆਏ ਬਾਬੇ, ਉਹਦੀ ਬਣਾਈ ਹੋਈ ਆ, ਸਵਾਦ ਹੀ ਬਹੁਤ। ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ, ਕਮੈਂਟ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਵਗੈਰਾ ਨਾਲ, ਫੈਮਿਲੀ ਨਾਲ ਸ਼ੇਅਰ ਕਰੋ। ਉਹਦੇ ਚੈਨਲ 'ਤੇ 1,00,000 ਫੋਲੋਅਰ ਛੇਤੀ ਹੋ ਜਾਣਾ ਚਾਹੀਦਾ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਐਂ ਆਹ ਪਿੰਨੀ ਵਾਲੀ ਕਹਿੰਦੇ ਹੋ ਕਿ ਡੈਡੀ, ਊਂ ਕਹਿੰਦੇ ਹੋ? ਸਾਰਿਆਂ ਨੂੰ ਲਵ ਯੂ, ਟੇਕ ਕੇਅਰ, ਬਾਏ, ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।